ਤਸੱਲੀਆਂ ਕਰਾਵਣ 'ਚ ਤੁਹਾਡਾ ਵੀਰ ਕਸਰਾ ਨਹੀਂ ਛੱਡੇਗਾ। ਮਾਸ਼ਾਅੱਲਾ ਦੋਸਤੋ, ਆਰਡਰ ਕੁਆਲਿਟੀ ਬੜਾ ਹੈ, ਹਵਾਨਾ ਬੜਾ ਕਰਮਾਲੀ ਲਈ ਫਿਰਦੀ ਆ, ਖੂਬਸੂਰਤੀ ਦੇ ਵਿੱਚ ਇਹ ਜਾਨਵਰ, ਪ੍ਰਿੰਟ ਮਾਸ਼ਾਅੱਲਾ ਬੜਾ ਪਿਆਰਾ ਹੈ, ਤੋਰਾ ਫੇਰਾ ਲਾਜਵਾਬ, ਕੋਈ ਲੱਤ 'ਚ ਵਾਧਾ ਘਾਟਾ ਨਹੀਂ, ਕੋਈ ਵਾਹ ਨਹੀਂ, ਕੋਈ ਸਰਨ ਨਹੀਂ, ਆਰਾਮ, ਤੁਹਾਨੂੰ ਕਸਰਾ ਨਹੀਂ ਛੱਡੀ ਦੀਆਂ। ਮਾਸ਼ਾਅੱਲਾ ਬੜਾ ਪਿਆਰਾ ਪ੍ਰਿੰਟ ਦੋਸਤੋ, ਮਾਸ਼ਾਅੱਲਾ। ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ। ਅਸਲਾਮ ਅਲੈਕੁਮ ਦੋਸਤੋ, ਤੁਸੀਂ ਦੇਖ ਰਹੇ ਹੋ ਮੇਰਾ ਯੂਟਿਊਬ ਚੈਨਲ ਸਾਡਾ ਐਨੀਮਲ ਟੀਵੀ। ਮੈਂ ਤੁਹਾਡਾ ਮੇਜ਼ਬਾਨ ਅਸਮ ਹਸਨੈਨ। ਸਭ ਤੋਂ ਪਹਿਲੇ ਅਗਰ ਮੇਰੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ, ਸਬਸਕ੍ਰਾਈਬ ਕਰਨਾ ਲਾਜ਼ਮੀ, ਤਾਂ ਕਿ ਮੇਰੀ ਅੱਛੀ ਔਰ ਬਿਹਤਰੀਨ ਵੀਡੀਓ ਦਾ ਨੋਟੀਫਿਕੇਸ਼ਨ ਪਹੁੰਚੇ ਤੁਹਾਡੇ ਤੱਕ ਬਾਸਾਨੀ ਤਰੀਕੇ ਨਾਲ। ਰੋਜ਼ਾਨਾ ਦੀ ਨਿਸਬਤ ਅੱਜ ਵੀ ਮਾਸ਼ਾਅੱਲਾ ਦੋਸਤਾਂ ਵਾਸਤੇ ਅਨਮੋਲ ਜਾਨਵਰ ਲੈ ਤਾਂ ਜਨਾਬ, ਤਸੱਲੀਆਂ ਕਰਾਵਾਂਗੇ। ਚੋਲਸਤਾਨੀ ਜਰਸੀ, ਹਲਕਾ ਜਿਹਾ ਫਰੀਜ਼ਨ ਦਾ ਟੱਚ ਜਨਾਬ, ਭਾਈ ਬਿਲਾਲ ਕੋਲ ਆਇਆ ਮਾਸ਼ਾਅੱਲਾ ਦੋਸਤੋ। ਕੈਮਰਾਮੈਨ ਸਾਹਿਬ, ਤਸੱਲੀਆਂ ਕਰਾਵਾਂਗੇ ਜਾਨਵਰ ਦੀਆਂ, ਤਸੱਲੀਆਂ ਕਰ ਲੈਣੀ ਦੋਸਤੋ ਤੁਸੀਂ। ਲਾਈਵ ਚਵਾਈ ਹੋ ਜਾਏ ਦੀ, ਦੁੱਧ ਦਾ ਕੀਰ ਕਾਰਡ ਹੈ ਉਹ ਵੀ ਸਾਹਮਣੇ ਆ ਜਾਏਗਾ। ਸਿਰੋ ਓਰੀਜਨਲ ਮੋਨੀ, ਕੋਈ ਮੋਨੀ ਨਹੀਂ ਕੀਤੀ ਮਾਸ਼ਾਅੱਲਾ ਦੋਸਤੋ। ਉੱਤੋਂ ਬਿਲਕੁਲ ਪੱਧਰ ਪਈ ਹੋਈ ਆ, ਮੁੱਠ ਪਰਵੇਂ ਪਾਵਰ ਵਾਲੇ ਦੋਸਤੋ, ਥਣ ਕਰਮਾਲੀ ਨੂੰ ਲੱਗੇ ਨੇ ਮਾਸ਼ਾਅੱਲਾ ਗਿੱਠ ਗਿੱਠ ਦੀਆਂ, ਵਾਜ਼ੇ ਤੌਰ 'ਤੇ ਬਿਰਲਾ ਦੇਖ ਲੈਣੀਆਂ ਨੇ ਕਰਮਾਲੀ ਦੀਆਂ। ਕਾਲਾ ਥਣ ਬੜਾ ਖੂਬਸੂਰਤ ਅਤੇ ਲਾਜਵਾਬ, ਤਸੱਲੀਆਂ ਕਰਾਵਣ 'ਚ ਤੁਹਾਡਾ ਵੀਰ ਕਸਰਾ ਨਹੀਂ ਛੱਡੇਗਾ। ਮਾਸ਼ਾਅੱਲਾ ਦੋਸਤੋ, ਆਰਡਰ ਕੁਆਲਿਟੀ ਬੜਾ ਹੈ, ਹਵਾਨਾ ਬੜਾ ਕਰਮਾਲੀ ਲਈ ਫਿਰਦੀ ਆ, ਖੂਬਸੂਰਤੀ ਦੇ ਵਿੱਚ ਇਹ ਜਾਨਵਰ, ਪ੍ਰਿੰਟ ਮਾਸ਼ਾਅੱਲਾ ਬੜਾ ਪਿਆਰਾ ਹੈ, ਤੋਰਾ ਫੇਰਾ ਲਾਜਵਾਬ, ਕੋਈ ਲੱਤ 'ਚ ਵਾਧਾ ਘਾਟਾ ਨਹੀਂ, ਕੋਈ ਵਾਹ ਨਹੀਂ, ਕੋਈ ਸਰਨ ਨਹੀਂ, ਆਰਾਮ ਨਾਲ ਯਾਰਿਆਂ ਨੂੰ ਵਾਪਸ ਲੈ ਤੇ ਆਵੇ ਇਹਨੂੰ ਥੋੜ੍ਹਾ ਜਿਹਾ। ਮਾਸ਼ਾਅੱਲਾ ਜਵਾਨ ਜੱਕੀ ਵੇੜੀ ਆ, ਕੈਮਰੇ ਤੋਂ ਥੋੜ੍ਹਾ ਜਾਨਵਰ ਘਬਰਾ ਜਾਂਦਾ ਹੈ। ਮਾਸ਼ਾਅੱਲਾ ਦੋਸਤੋ, ਟੋਰਾ ਫੇਰਾ ਬੜਾ ਸੋਹਣਾ ਕਰਮਾਲੀ ਦਾ, ਲਾਜਵਾਬ ਟੋਰਾ ਫੇਰਾ ਦੋਸਤੋ। ਤਸੱਲੀਆਂ ਕਰਨੀਆਂ ਨੇ ਤੁਸੀਂ ਮੇਰੇ ਵੀਰੋ, ਤਸੱਲੀਆਂ ਕਰਾਵਣ 'ਚ ਤੁਹਾਨੂੰ ਕਸਰਾਂ ਨਹੀਂ ਛੱਡੀ ਦੀਆਂ। ਮਾਸ਼ਾਅੱਲਾ ਬੜਾ ਪਿਆਰਾ ਪ੍ਰਿੰਟ ਦੋਸਤੋ, ਮਾਸ਼ਾਅੱਲਾ। ਚੱਲ ਚੱਲ ਜਾਣ ਦੇ। ਮਾਸ਼ਾਅੱਲਾ ਜੀ, ਸੋਹਣੀ ਵਿਹੜੀ ਹੈ ਦੋਸਤੋ ਕਰਮਾਲੀ, ਜਿਹੜਾ ਮੇਰਾ ਵੀਰ ਅੱਲਾ ਮੇਰੇ ਹੁਕਮ ਦੇ ਨਾਲ ਲੈ ਤੇ ਜਾਏਦਾ, ਦਵਾਵਾਂ ਦੇ ਦਾ ਦੇ ਵੀਰ ਨੂੰ। ਮਗਰ ਇਹਦੇ ਦੋਸਤੋ ਵੱਛਾ, ਮਗਰ ਇਹਦੇ ਦੋਸਤੋ ਵੱਛਾ, ਲਾਈਵ ਚਵਾਈ ਕਰਾਉਣੇ ਆ ਜੀ, ਦੁੱਧ ਦਾ ਰਿਕਾਰਡ ਆਪਣੇ ਸਾਹਮਣੇ ਆ ਜਾਏਗਾ। ਚਲੋ ਜੀ ਬੱਚਾ, ਛੋੜਾ ਬੱਚਾ ਭਾਈ। ਹਾਂਜੀ ਹਾਂਜੀ ਬੱਚਾ, ਨਾਲ ਹੀ ਪਸਮੀ ਅਤੇ ਨਾਲ ਹੀ ਮੂਸ ਦਿੱਤਾ ਹਾਂ।
ਮਾਸ਼ਾਅੱਲਾ ਦੋਸਤੋ, ਪਸਮਾ ਵੀ ਕਰਮ ਵਾਲੀ ਦਾ ਟੈਟ ਹੈ, ਡੰਡੇ ਵਰਗਾ। ਠੀਕ ਹੋ ਗਿਆ ਜੀ, ਧਾਰ ਧਾਰ ਚੈੱਕ ਕਰਾਓ ਬਾਈ ਬਿਲਾਲ ਸਾਹਿਬ। ਸੋਹਣਾ ਚੁਆਜ ਦੋਸਤੋ, ਕਰਮ ਵਾਲੀ ਦਾ ਮਾਸ਼ਾਅੱਲਾ, ਦਿਲ ਖੁਸ਼ ਕਰ ਰਹੀ ਬੈੜੀ। ਸਾਰੇ ਥਣਾਂ ਦਾ ਸਵਾਦ ਉਸ ਤੋਂ ਬੜਾ ਸੋਹਣਾ। ਹਾਂਜੀ, ਜ਼ਾਹਿਰ ਜੀ ਗੱਲ ਹੈ, ਮਾਸ਼ਾਅੱਲਾ ਚੁਆ ਤਾਂ ਵਾਕਈ ਬੜਾ ਨਾਰਾ, ਮੱਝਾਂ ਵਰਗਾ ਚੁਆ ਹੈ ਕਰਮ ਵਾਲੇ ਦਾ। ਬਾਕੀ ਇਹ ਗਰਮੀ ਸਰਦੀ ਮਾਸ਼ਾਅੱਲਾ ਬਰਦਾਸ਼ਤ ਕਰਦੀਆਂ ਨੇ। ਹੁਣ ਅੱਗੇ ਟੈਂਪਰੇਚਰ 45 ਡਿਗਰੀ ਅੱਜ ਆਪਣੇ ਇੱਥੇ ਏਰੀਏ 'ਚ ਹੈਗਾ, ਅਤੇ ਇਹਨਾਂ ਕਰਮ ਵਾਲੀਆਂ ਨੂੰ ਪਰਵਾਹ ਹੀ ਕੋਈ ਨਹੀਂ ਦੀ, ਅਤੇ 45 ਡਿਗਰੀ ਬੜਾ ਮਾਇਨਾ ਰੱਖਦਾ। ਮਾਸ਼ਾਅੱਲਾ ਕਰਮ ਵਾਲੀ ਨੇ ਬਾਲਟੀ ਮੂੰਹ ਤਿਕਰ ਕਰ ਦਿੱਤੀ, ਇੰਨਾ ਨਰਮ ਚਵਾ। ਬਰਤਨ ਦਿਖਾ ਦਿਆ ਜੀ ਬਾਈ ਬਿਲਾਲ ਸਾਹਿਬ, ਠੀਕ ਹੋ ਗਿਆ ਜੀ, ਕਰੋ ਚੋਈ। ਉਹ ਬਾਲਟੀ ਭਾਵੇਂ ਇੱਥੇ ਰੱਖ ਲੈ, ਉੱਧਰ ਪਿਸ਼ਾਬ ਪਿਸ਼ੂਬ ਨਾ ਕਰ, ਬਸ ਠੀਕ ਹੋ ਗਿਆ। ਮਾਸ਼ਾਅੱਲਾ ਓਕੇ।
ਮਾਸ਼ਾਅੱਲਾ ਦੋਸਤੋ ਕਰਮ ਵਾਲੀ ਨੇ। ਇਹਦਾ ਦੁੱਧ ਮਾਸ਼ਾਅੱਲਾ ਬਣ ਗਿਆ ਵਾਈਟ। ਹਾਂਜੀ ਭਾਜੀ, ਅੱਜ ਤਾਂ 3 ਤੋਂ 4 ਦਿਨ ਆ ਗਿਆ, ਦਾ ਦੁੱਧ ਬਣ ਗਿਆ ਹੋਊਗਾ, ਬੋਲੀ ਹੋਊਗਾ ਜੀ। ਮਾਸ਼ਾਅੱਲਾ ਜੀ, ਇੱਕ ਦੋ ਤਿੰਨ ਚਾਰ ਚਾਰ ਪੰਜ ਛੇ ਸੱਤ ਅੱਠ ਨੌ ਮਾਸ਼ਾਅੱਲਾ 10 ਭਾਈ, ਪੂਰਾ 10 ਕਿਲੋ ਹੋਇਆ ਕਰਮਾਲੀ ਦਾ ਦੁੱਧ ਹੋਇਆ। ਬਾਕੀ ਆਪਾਂ ਬਾਈ ਬਿਲਾਲ ਨਾਲ ਵੀ ਗੱਲਾਂ ਬਾਤਾਂ ਕਰਨੇ ਆ ਜੀ। ਪਕੜੋ ਜੀ ਕੈਮਰਾਮੈਨ ਸਾਹਿਬ। ਹੋਰ ਭਾਈ ਬਿਲਾਲ ਠੀਕ ਠਾਕ ਭਾਜੀ? ਅੱਲਾ ਵਧੀਆ, ਸਿਹਤ ਤਬੀਅਤ ਠੀਕ ਨੇ? ਅੱਲਾ ਪਾਕ ਦਾ ਬੜਾ ਕਰਮ ਭਾਈ, ਤੁਸੀਂ ਸੁਣਾਓ ਕਰਮ ਅੱਲਾ ਦਾ? ਅੱਛਾ ਭਾਈ ਬਿਲਾਲ, ਗੱਲਾਂ ਖਰੀਆਂ ਜੀ? ਅੱਲਾ ਦੇ ਹੁਕਮ ਨਾਲ ਭਾਜੀ, ਪੈਕੇਜ ਹੀ ਲਾਣਾ ਦੋਸਤਾਂ ਨੂੰ, ਆਪਣਾ ਕੰਮ ਹੀ ਹੈ ਕਿ ਦੋਸਤਾਂ ਦੀ ਖਿਦਮਤ ਹੀ ਕਰਨੀ। ਅੱਲਾ ਦੇ ਹੁਕਮ ਨਾਲ ਭਾਜੀ, ਲੋਕ ਯਾਦ ਜ਼ਰੂਰ ਕਰਨਗੇ, ਯਾਦ ਜ਼ਰੂਰ ਕਰਨਾ ਅੱਛਾ ਲੱਗਦਾ ਜਿਹੜੀ ਚਾਹ ਤਿਆੜੇ ਜ਼ਿੰਦਗੀ। ਅੱਛਾ ਫਿਰ ਹੀ ਚਾਹ ਸੁਣਦੀ ਭਾਜੀ, ਮਤਲਬ ਫਿਰ ਹੀ ਆਉਂਦਾ ਯਾਰ। ਇਹਦਾ ਸੁਬਾ ਦੱਸ ਕਿੰਨਾ? ਦੂਸਰਾ ਭਾਜੀ। ਦੂਸਰਾ ਸੁਬਾ? ਦੂਸਰਾ ਭਾਜੀ, ਓਰੀਜਨਲ ਦੂਸਰਾ। ਅੱਛਾ ਤੇ ਕਿੰਨੇ ਦਿਨਾਂ ਦੀ ਸੂਈ ਹੋਈ ਆ ਅੱਜ ਭਾਜੀ? ਇਹਨੂੰ ਤੀਸਰਾ ਤੋਂ ਚੌਥਾ ਡਾਂਗ ਆ, ਜਾਂ ਦੁੱਧ ਬਣ ਗਿਆ ਹੋਣਾ ਜਾਂ ਬੋਲੀ ਹੋਣੀ। ਅੱਛਾ ਠੀਕ ਭਾਜੀ, ਠੀਕ ਹੋ ਗਿਆ। ਇਹ ਚੌਥਾ ਲਿਆ ਜੀ ਆਪਾਂ 10 ਕਿਲੋ। ਹਾਂਜੀ ਭਾਜੀ, ਗੱਲ ਉਹ ਕਰ ਜਿਹੜੀ ਇੱਥੇ ਕੋਈ ਵੀਰ ਆਵੇ ਤਾਂ ਪਛਵਾ ਲਈਏ। 18 ਲੀਟਰ ਭਾਜੀ। 18? 18 ਪੱਕਾ? ਅੱਲਾ ਦੇ ਹੁਕਮ ਨਾ ਭਾਜੀ, ਲੋਏ ਤੋੜ ਦੋ ਟਾਈਮ ਤਿੰਨ ਟਾਈਮ ਕੁਝ ਹੋਵੇ ਤਸੱਲੀ ਕਰਕੇ ਫਿਰ ਲੈ ਕੇ ਜਾਵੇ ਆਪਣੇ ਕੋਲੋਂ ਭਾਜੀ। ਚਲੋ ਸੋਹਣੀ ਗੱਲ ਕੀਤੀ ਆ। ਮਗਰ ਬੱਚਾ? ਮਗਰ ਬੱਚਾ ਭਾਜੀ, ਹਰ ਤਰ੍ਹਾਂ ਦੀ ਤੇਰੀ ਗਰੰਟੀ, ਹਰ ਤਰ੍ਹਾਂ ਦੀ ਗਰੰਟੀ, ਦੁੱਧ ਤੁਹਾਡੇ ਕਿੱਲੇ ਤੇ ਪੂਰਾ ਕਰਾ ਦੇ, ਦੁੱਧ ਮੇਰੇ ਕਿੱਲੇ ਤੇ ਪੂਰਾ ਕਰਨਾ, ਕਿਸੇ ਕਿਸਮ ਦਾ ਨੁਕਸਾਨ ਹੋਵੇ ਅਗਲੇ ਦੇ ਘਰ ਦੀ ਵੀ ਗਰੰਟੀ ਭਾਜੀ। ਠੀਕ ਹੋ ਗਿਆ ਤੇ ਪਿਆਰ ਮੁਹੱਬਤ ਦਾ ਮੁੱਲ ਜਿਹੜਾ ਤੁਸੀਂ ਲੈ ਲੈਣਾ, ਬਹੁਤਾ ਮੁੱਲ ਨਹੀਂ ਕਰਨਾ। ਪੱਕਾ ਜਿਹਾ ਮੁੱਲ ਭਾਜੀ? ਪੱਕੇ ਜੀ, ਆਪਾਂ ਰੇਟ ਹੀ ਇੱਕੋ ਰੱਖੀ ਨੇ, ਬਾਟਾ ਰੇਟ, ਰੇਟ ਬਿਲਕੁਲ ਮਾਕੂਲ, ਇਹ ਨਹੀਂ ਕਿ ਰੇਟ ਜ਼ਿਆਦਾ ਆ ਗਿਆ, ਮੰਗਣਾ ਹੀ ਉਹਨਾਂ ਜਿਹੜਾ ਲੈ ਲੈਣਾ। ਇਹਨਾਂ ਭਾਜੀ 3 ਲੱਖ 25 ਹਜ਼ਾਰ ਰੁਪਇਆ ਪੱਕਾ ਜਾ ਮੁੱਲ, ਪਿਆਰ ਮੁਹੱਬਤ ਦਾ 3 ਲੱਖ ਤੇ 50 3 ਲੱਖ ਤੇ 50 ਹਜ਼ਾਰ ਰੁਪਇਆ। ਨਹੀਂ ਇਹਦੇ ਵਿੱਚੋਂ ਕਿ ਮੁਹੱਬਤ ਕਰ ਯਾਰ, ਤੁਸੀਂ ਕਿਹਾ ਪੱਕਾ ਜਾ ਕਰਨਾ, ਮੈਂ 3.5 ਲੱਖ ਮੁੱਲ ਕਰਦਾ ਭਾਜੀ। ਉਹ ਯਾਰ ਤੂੰ 3.5 ਲੱਖ ਨਾ ਕਰ, ਤੂੰ 3.5 ਦੇ ਵਿੱਚੋਂ ਗੁੰਜਾਇਸ਼ ਕਰ, ਵੀਡੀਓ ਦੇ ਵਿੱਚ ਹੀ ਕੇ 5 ਹਜ਼ਾਰ ਰੁਪਇਆ ਭਾਈ ਛੋੜ, 3 ਲੱਖ 20 ਹਜ਼ਾਰ। ਅੱਛਾ 5 ਹਜ਼ਾਰ ਉਹ ਤੇਰਾ ਉਡਾ ਦਿੱਤੇ? ਹਾਂਜੀ ਭਾਜੀ, ਮੈਂ ਤਾਂ ਕਹਿੰਦਾ ਵਾਵਾ ਸਾਰੇ ਡਾਵੇਂ ਦਾ। ਨਹੀਂ ਭਾਜੀ 5 ਹਜ਼ਾਰ ਛੱਡੇ ਸਨ, 5 ਹਜ਼ਾਰ ਚਲੋ ਫਿਰ ਵੀ ਠੀਕ ਹੈ ਜਨਾਬ। 5 ਹਜ਼ਾਰ ਰੁਪਇਆ ਜੀ ਲੈਸ ਕਰ ਤੇ ਪਿੱਛੇ ਬਚਿਆ 3 ਲੱਖ ਤੇ 20 ਹਜ਼ਾਰ। 3 ਲੱਖ 20 ਹਜ਼ਾਰ ਇਹਦੇ ਵਿੱਚ ਮੌਕੇ ਤੇ ਆਪਾਂ ਕੋਈ ਗੁੰਜਾਇਸ਼ ਕਰਾ ਲੈਣੀ ਕਰ ਲਾਂਗੇ ਭਾਜੀ। ਚਲੋ ਬਹੁਤ ਸ਼ੁਕਰੀਆ, ਜ਼ਰੂਰ ਕਰਾਂਗੇ ਭਾਜੀ। 3 ਲੱਖ ਤੇ ਦੋਸਤੋ 20 ਹਜ਼ਾਰ ਰੁਪਇਆ ਰੇਟ ਹੈ, ਜਿਹੜਾ ਮੇਰਾ ਵੀਰ ਇਸ ਜਾਨਵਰ ਦੀ ਖਰੀਦਦਾਰੀ ਕਰਨਾ ਚਾਹੇ ਖਰੀਦਦਾਰੀ ਵੀ ਕਰ ਸਕਦਾ। ਮੇਰਾ ਮੋਬਾਈਲ ਨੰਬਰ ਵਟਸਐਪ ਨੰਬਰ ਨੀਚੇ ਸਕਰੀਨ ਤੇ ਵੀ ਚੱਲ ਰਿਹਾ ਹੁੰਦਾ, 0300 ਪੂਰਾ 1921 999, 0300 ਪੂਰਾ 1921 999 ਮੇਰਾ ਮੋਬਾਈਲ ਨੰਬਰ ਆ, ਵਟਸਐਪ ਵੀ ਇਹਨਾਂ ਮੌਜੂਦ ਆ, ਤੁਸੀਂ ਮੇਰੇ ਨਾਲ ਰਾਬਤਾ ਕਰ ਸਕਦੇ ਜੋ। ਉਮੀਦ ਕਰਾਂਗਾ ਦੋਸਤਾਂ ਨੂੰ ਮੇਰੀ ਅੱਜ ਵਾਲੀ ਵੀਡੀਓ ਪਸੰਦ ਆਵੇਗੀ। ਅਗਰ ਅੱਜ ਵਾਲੀ ਵੀਡੀਓ ਪਸੰਦ ਆਉਂਦੀ ਹੈ ਇਹਨੂੰ ਤੁਸੀਂ ਲਾਈਕ ਕਰਨਾ, ਕਮੈਂਟ ਕਰਨਾ, ਸ਼ੇਅਰ ਲਾਜ਼ਮੀ ਕਰਨਾ। ਇਸ ਵੀਡੀਓ 'ਤੇ ਦੇਣੀ ਹੈ ਮੈਨੂੰ ਇਜਾਜ਼ਤ। ਅੱਲਾ ਨਿਗਹਿਬਾਨ, ਪਾਕਿਸਤਾਨ ਜ਼ਿੰਦਾਬਾਦ।